ਆਉਂਦਾ। ਇੱਥੇ ਦੀ ਗੱਲ ਕਰੀਏ ਕਿਉਂਕਿ ਆ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ, ਪਾਰਲੀਮੈਂਟ ਦੇ ਵਿੱਚ ਆਪਣੇ ਇਲਾਕੇ ਦਾ ਨੁਮਾਇੰਦਾ ਬਣਾ ਕੇ ਇੱਥੋਂ ਚੁਣ ਕੇ ਲੋਕਾਂ ਨੇ ਭੇਜਣਾ। ਇਸ ਕਰਕੇ ਬਹੁਤ ਹੀ ਇਲੈਕਸ਼ਨ ਤਾਂ ਚਾਹੇ ਪੰਚੀ ਦਾ ਹੋਵੇ ਉਹ ਵੀ ਬੜਾ ਮਹੱਤਵਪੂਰਨ ਹੁੰਦਾ ਕਿਉਂਕਿ ਪਿੰਡ ਦੇ ਮਸਲੇ ਤੋਂ ਹੀ ਸਾਰੇ ਮਸਲੇ ਚਾਲੂ ਹੁੰਦੇ ਹੈ। ਪਰ ਆਹ ਦੇਸ਼ ਦੇ ਮੁੱਦਿਆਂ ਦੇ ਉੱਤੇ ਤੇ ਪੰਜਾਬ ਦੇ ਅੰਦਰ ਜਿਸ ਕਿਸਮ ਦੇ ਹਾਲਾਤ ਹੈ ਉਹਨਾਂ ਨੂੰ ਕਿਵੇਂ ਦੇਸ਼ ਦੀ ਤਰੱਕੀ ਦੇ ਨਾਲ ਜੋੜਿਆ ਜਾ ਸਕੇ ਉਹਦੇ ਵਾਸਤੇ ਇੱਕ ਮੈਂ ਸਮਝਦਾ ਪਹਿਲਾ ਕਦਮ ਜਿਹੜਾ ਆ ਅੱਜ ਅਰਵਿੰਦ ਖੰਨਾ ਜੀ ਨੇ ਇੱਥੋਂ ਜਿਹੜਾ ਚੱਕਿਆ ਤੇ ਅੱਜ ਸੰਗਰੂਰ ਇਲਾਕੇ ਦੇ ਲੋਕਾਂ ਦੇ ਆਸ਼ੀਰਵਾਦ ਦੇ ਵਾਸਤੇ ਅੱਜ ਇਹਨਾਂ ਨੇ ਨੋਮੀਨੇਸ਼ਨ ਭਰਿਆ। ਬਹੁਤ ਸਾਰੇ ਮਸਲੇ ਪੰਜਾਬ ਦੇ ਦਰਪੇਸ਼ ਹੈਗੇ। ਕੁਛ ਅੱਜ ਦੇ ਇਸ ਮਾਹੌਲ 'ਚ ਅੱਖੋਂ ਪਰੋਖੇ ਲੋਕ ਕਰੀ ਬੈਠੇ ਹੈ, ਪਰ ਲੋਕਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਲੱਖਾਂ ਲੋਕਾਂ ਦੇ ਘਰ ਨਸ਼ੇ ਦੀ ਚਪੇਟ ਦੇ ਵਿੱਚ ਅੱਜ ਵੀ ਭੁਗਤ ਰਹੇ ਹੈ, ਜਿਹਦਾ ਕਿਤੇ ਵੀ ਇਸ ਸਰਕਾਰ ਨੇ ਕੋਈ, ਆਮ ਆਦਮੀ ਪਾਰਟੀ ਸਰਕਾਰ ਨੇ, ਪੰਜਾਬ ਦੀ ਸਰਕਾਰ ਨੇ ਕੋਈ ਸੰਗਿਆਨ ਨਹੀਂ ਲਿਆ। ਅੱਜ ਵੀ ਪੰਜਾਬ ਦੇ ਅੰਦਰ ਖੋਹਾਂ, ਫਰੌਤੀਆਂ, ਗੁੰਡਾਗਰਦੀ, ਕੋਈ ਵੀ ਔਰਤ ਜਿਹੜੀ ਮਹਿਫੂਜ਼ ਹੈ ਨਹੀਂ, ਜਿਹਦੀ ਇੱਜ਼ਤ ਹੈ, ਉਹ ਮਸਲੇ ਅੱਜ ਸਾਰੇ ਦਰਕਿਨਾਰ ਹੋਏ ਪਏ ਹੈ। ਅੱਜ ਬਹੁਤ ਸਾਰੇ ਸਵਾਲ ਹੈ ਜਿਹੜੇ ਲੋਕਾਂ ਨਾਲ ਕਰਾਂਗੇ, ਪਰ ਅੱਜ ਜਿਹੜਾ ਭਖਦਾ ਮੁੱਦਾ ਹੈਗਾ ਜਿਹਦੇ ਵਾਸਤੇ ਅੱਜ ਵੀ ਇੱਥੇ ਜਿਸ ਕਿਸਮ ਦੀ ਆ ਇਕੱਲੀ ਛਾਵਣੀ, ਆ ਕਚਹਿਰੀ ਨਹੀਂ ਛਾਵਣੀ ਬਣੀ ਪਈ, ਇਕੱਲਾ ਸੰਗਰੂਰ ਛਾਵਣੀ ਨਹੀਂ ਬਣਿਆ ਪਿਆ ਪੁਲਿਸ ਦੀ, ਪੂਰਾ ਪੰਜਾਬ ਪੁਲਿਸ ਦੀ ਛਾਵਣੀ ਬਣਿਆ ਪਿਆ। ਅੱਜ ਪੰਜਾਬ ਦੇ ਕਿਸਾਨ ਸੜਕਾਂ ਤੇ ਕਿਉਂ ਬੈਠੇ ਹੈ? ਚਾਹੇ ਅੱਜ ਉਹ ਆਪਣਾ ਗੁੱਸਾ ਬੀਜੇਪੀ ਪ੍ਰਤੀ ਪ੍ਰਗਟ ਕਰ ਰਹੇ ਹੈ, ਪਰ ਮੈਂ ਮੇਰੇ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਵੀ ਵਕੀਲ ਕਿਹਾ ਕੀਤਾ ਸੀ ਤੁਸੀਂ? ਅੱਜ ਵਕੀਲ ਸੁੱਤਾ ਕਿਉਂ ਹੈ? ਵਕੀਲ ਬੋਲਦਾ ਕਿਉਂ ਨਹੀਂ? ਕਿਉਂ ਕਿਸਾਨ ਸੜਕਾਂ ਤੇ ਬੈਠੇ ਹੈ? ਆ ਸਮੱਸਿਆ ਇਕੱਲੇ ਬੀਜੇਪੀ ਦੀ ਨਹੀਂ, ਅੱਜ ਬੀਜੇਪੀ ਦੇ ਕੈਂਡੀਡੇਟ ਨੂੰ ਇੱਥੇ ਆਉਣ ਤੋਂ ਪਹਿਲਾਂ 100 ਜੱਦੋ ਜਹਿਦ ਕਰਕੇ ਪਹੁੰਚਣ ਪਏ। ਮੱਦਾ ਆ ਨਹੀਂ ਸਾਹਿਬ, ਕੈਂਡੀਡੇਟ ਨੇ ਤਾਂ ਵੋਟਾਂ ਮੰਗਣ ਜਾਣਾ, ਲੋਕਾਂ ਕੋਲ ਜਾਊਗਾ ਹੀ ਜਿਸ ਹਾਲਾਤ 'ਚ। ਪਰ ਉਹਨਾਂ ਦੀ ਸੋਚੋ ਜਿਹੜੇ ਸੜਕਾਂ ਦੇ ਉੱਤੇ ਤੰਗ ਹੋ ਰਹੇ ਲੋਕ, ਤੇ ਜਿਹੜੇ ਵਪਾਰੀ ਵਰਗ ਕੰਮ ਕਰਨ ਵਾਲੇ ਲੋਕ ਹੈ ਜਿਨ੍ਹਾਂ ਨੇ ਅੱਗੇ ਆਪਣਾ ਕਿਤੇ ਜਾਣਾ ਹੈ ਦੇਸ਼ ਦੇ ਅੰਦਰ, ਰੇਲਵੇ ਟਰੈਕਸ ਤੇ ਕਿਸਾਨ ਬੈਠੇ ਹੈ। ਆ ਅੱਜ ਸਵਾਲ ਅਰਵਿੰਦ ਕੇਜਰੀਵਾਲ ਜੀ ਪਾਰਲੀਮੈਂਟ 'ਚ ਜਾ ਕੇ ਚੱਕਣਗੇ ਵੀ ਕਿਸਾਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਭਗਵੰਤ ਮਾਨ ਜੀ ਦੀ ਸਰਕਾਰ ਦੇ ਦੁਆਰਾ। ਅਗਰ ਭਗਵੰਤ ਮਾਨ ਜੀ ਕਿਸਾਨਾਂ ਦੇ ਹਿਤੈਸ਼ੀ ਹੁੰਦੇ ਤਾਂ ਵਕੀਲ ਉਦੋਂ ਤਾਂ ਬਣ ਕੇ ਬਹਿ ਗਏ ਸੀਗੇ ਪੰਜਾਬ ਭਵਨ ਦੇ ਅੰਦਰ ਜਦੋਂ ਕੇਂਦਰ ਦੇ ਮੰਤਰੀ ਆਏ, ਪਿਊਸ਼ ਗੋਇਲ ਜੀ ਆਏ, ਮੁੰਡਾ ਜੀ ਆਏ, ਐਗਰੀਕਲਚਰ ਮਿਨਿਸਟਰ ਸਾਹਿਬ। ਅੱਜ ਕਿਉਂ ਨਹੀਂ ਜਾ ਕੇ ਕਿਸਾਨਾਂ ਨਾਲ ਗੱਲ ਕਰਦੇ? ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਵੀ ਭਰਾਓ ਮੈਂ ਤੁਹਾਡੇ ਮਸਲੇ ਹੱਲ ਕਰੂੰਗਾ? ਇਹਨਾਂ ਦੇ ਵਿੱਚ ਤੇ ਪਹਿਲੇ ਜਿਹੜੇ ਕਾਂਗਰਸ ਦੇ 6 ਮਹੀਨੇ ਮੁੱਖ ਮੰਤਰੀ ਬਣੇ ਸੀ, ਕੀ ਫਰਕ ਹੈ? ਦੋਨੋਂ ਗੱਲਾਂ ਕਰਦੇ ਫਿਰਦੇ, ਮਸਲੇ ਹੱਲ ਕਰਦੇ, ਆਪਣੇ ਮਸਲੇ ਤਾਂ ਉਹਨਾਂ ਨੇ ਹੱਲ ਕਰ ਲਏ ਸਾਰਿਆਂ ਨੇ, ਘਰ ਕਿਸੇ ਨੇ ਘਰ ਬਸਾ ਲਿਆ, ਕਿਸੇ ਨੇ ਘਰ ਭਰ ਲਿਆ ਰੁਪਈਆਂ ਨਾਲ, ਪਰ ਲੋਕਾਂ ਦੇ ਘਰ ਉਜੜੀ ਜਾਂਦੇ ਹੈ। ਅੱਜ ਸ਼ੁਭਦੀਪ ਦਾ ਜੇ ਘਰ ਉਜੜਿਆ ਹੈ ਉਹਦਾ ਕੋਈ ਜਵਾਬ ਕੌਣ ਦੇਊਗਾ? ਭਗਵੰਤ ਮਾਨ ਜੀ ਦੇਣਗੇ ਜਾਂ ਕੋਈ ਆ ਕੇ ਸੁਨੀਲ ਜਾਖੜ ਦੇਊਗਾ? ਇਹ ਮਸਲੇ ਸਰਕਾਰ ਦੇ ਹੈ, ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਖੜੀ ਹੈ, ਤੇ ਲੋਕਾਂ ਨੂੰ ਗੁੰਮਰਾਹ ਕਰਕੇ ਅੱਜ ਜੇ ਆਮ ਆਦਮੀ ਪਾਰਟੀ ਲੋਕਾਂ ਦੇ ਅੱਖਾਂ ਤੇ ਪਰਦਾ ਜੇ ਘੱਟਾ ਪਾਉਣਾ ਚਾਹੁੰਦੀ ਅੱਖਾਂ 'ਚ, ਤੇ ਸਭ ਬਿਲਕੁਲ ਨਹੀਂ ਹੋਣ ਦੇਵਾਂਗੇ। ਅੱਜ ਉਸ ਸਭ ਤੋਂ ਵੱਡੀ ਹਿੰਦੁਸਤਾਨ ਦੀ ਪੰਚਾਇਤ 'ਚ ਜਦੋਂ ਚੁਣ ਲੱਗੇ ਹਾਂ, ਅੱਜ ਮੌਕਾ ਹੈ ਜਦੋਂ ਸੰਗਰੂਰ ਦੇ ਲੋਕਾਂ ਨੂੰ ਅੰਦਰ ਝਾਤੀ ਮਾਰ ਕੇ ਦੇਖਣਾ ਪਊਗਾ
ਇਸ ਕਰਕੇ ਨਹੀਂ ਵੀ ਸੁਨੀਲ ਜਾਖੜ ਕਹਿ ਰਿਹਾ, ਸੁਨੀਲ ਜਾਖੜ ਦਾ ਬੀਜੇਪੀ ਦਾ ਨੁਮਾਇੰਦਾ ਹੋਣ ਕਾਰਨ ਕਹਿ ਰਿਹਾ, ਪਰ ਲੋਕਾਂ ਨੂੰ ਦੇਖਣਾ ਪਊਗਾ ਵੀ ਤੁਸੀਂ ਦੋ ਵਾਰੀ ਚੁਣ ਕੇ ਭੇਜਿਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਐਜ਼ ਐਮ ਪੀ ਚੁਣ ਕੇ ਭੇਜਿਆ, ਰਿਜ਼ਲਟ ਕੀ ਹੈ ਸਾਹਿਬ? ਉਹ ਦੱਸਣ ਤਾਂ ਸਹੀ ਵੀ 10 ਸਾਲ ਦੇ ਅੰਦਰ ਉਹਨਾਂ ਨੇ ਸੰਗਰੂਰ ਵਾਸਤੇ ਕੀ ਕੀਤਾ। ਜਿੰਨਾ ਕੁ ਮੈਂ ਉਹਨਾਂ ਦੇ ਫੇਸਬੁੱਕ ਤੇ ਦੇਖਿਆ ਜਿਹਦੇ ਉਹ ਲਾਲਾ ਲਾਲਾ ਕਰਦੇ ਸੀ ਵੀ ਇੱਕ 2 ਫੁੱਟ ਦੀ ਕਹਿੰਦਾ ਪੁਲੀ ਜੀ ਸੀ ਜਿਹੜਾ ਮੈਂ ਬਣਵਾਈ, ਕਹਿੰਦਾ ਜੀ ਪਤਾ ਨੀ ਐਸਟੀਮੇਟ 1,00,000 ਦਾ ਬਣ ਗਿਆ ਸੀ ਤੇ ਮੈਂ 3,00,000 ਚ ਬਣਵਾ ਤੀ। ਆਹ ਮੱਲ ਮਾਰੀ ਉਹਨਾਂ ਨੇ, ਇਹ ਆਹ ਮੱਲ ਮਾਰੀ 8,00,000 ਰੁਪਈਏ ਦਾ, 10 ਸਾਲਾਂ ਦਾ ਹਿਸਾਬ 8,00,000 ਰੁਪਈਏ ਦਾ ਦੇ ਰਹੇ ਹੈ ਭਗਵੰਤ ਮਾਨ ਜੀ। ਖੇਡ ਬਣਾ ਤੀ, ਮਜ਼ਾਕ ਬਣਾ ਤਾ ਸਾਹਿਬ, ਆਹ ਜਿਹੜਾ ਵੋਟ ਹੈ ਮਜ਼ਾਕ ਹੈ ਨੀ। ਤੇ ਮੈਂ ਕਿਸਾਨ ਭਰਾਵਾਂ ਨੂੰ ਵੀ ਕਹਿਣਾ ਚਾਹੂੰਗਾ, ਵੋਟ ਤੁਹਾਡਾ ਸਾਥੀਓ, ਸੋਚ ਸਮਝ ਕੇ ਪਾਇਓ। ਮੈਂ ਨੀ ਕਹਿੰਦਾ ਵੀ ਤੁਸੀਂ ਮੇਰੇ ਕਹਿਣ ਨਾਲ ਪਾ ਦਿਓ, ਪਰ ਦੇਖਿਓ ਤੁਹਾਡਾ ਮਸਲਾ ਹੱਲ ਕੌਣ ਕਰਾ ਸਕਦਾ ਹੈ? ਜਿਹੜੇ ਲੋਕ 10 ਸਾਲ ਦੇ ਅੰਦਰ 8,00,000 ਰੁਪਈਏ ਨਹੀਂ ਲੈ ਕੇ ਆ ਸਕੇ, ਜਿਹੜੇ ਕੇਜਰੀਵਾਲ ਸਾਹਿਬ ਅੱਜ ਪੂਰੇ ਹਿੰਦੁਸਤਾਨ ਨੂੰ ਗਰੰਟੀਆਂ ਦਿੰਦੇ ਫਿਰਦੇ ਆ, ਉਹ ਤਾਂ ਆਪਣੀ ਆਪ ਦੀ ਫਾਈਲ ਲੈਫਟੀਨੈਂਟ ਗਵਰਨਰ ਤੋਂ ਕਢਾ ਕੇ ਨਹੀਂ ਲਿਆ ਸਕਦੇ। ਪੰਜਾਬ ਦੇ ਮੁੱਦੇ ਕਿਵੇਂ ਕਰਾ ਦੇਣਗੇ ਸਾਹਿਬ? ਕੌਣ ਕਰਾ ਦੂਗਾ? ਸਿਮਰਜੀਤ ਮਾਨ ਜੀ, ਲੋਕਾਂ ਨੇ ਵਿਸ਼ਵਾਸ ਬਣਾ ਕੇ ਭੇਜਿਆ, ਤੁਸੀਂ ਛਾਤੀ ਤੇ ਹੱਥ ਰੱਖ ਕੇ ਮੈਨੂੰ ਦੱਸੋ ਸਾਹਿਬ, ਲੋਕਾਂ ਨੇ ਭਾਵਕ ਭਾਵਨਾਤਮਕ ਤੌਰ ਤੇ ਜੁੜ ਕੇ ਉਹਨਾਂ ਨੂੰ ਚੁਣ ਕੇ ਭੇਜਤਾ, ਪਰ ਕੀ ਸੰਗਰੂਰ ਦੇ ਮੁੱਦੇ ਹੱਲ ਕਰਵਾਉਣ ਚ ਉਹਨਾਂ ਦਾ ਕੋਈ ਯੋਗਦਾਨ ਹੈਗਾ? ਕੋਈ ਮੁੱਦਾ ਹੱਲ ਕਰਵਾਇਆ? ਆ ਘੱਗਰ ਖੜੀ ਹੈ ਸਾਹਿਬ, ਆ ਘੱਗਰ ਹੁਣ ਮੁਨਕਾਲੇ ਤੇ ਆ, ਇੱਥੇ ਵਾਲੇ ਮੇਰੇ ਕੋਲ ਖੜੇ ਸੀਗੇ, ਕਹਿੰਦਾ ਸਾਡਾ ਦੱਸੋ। ਮੈਂ ਕਿਹਾ ਤੁਸੀਂ ਅੰਦਰ ਝਾਕੀ ਮਾਰ ਕੇ ਦੇਖੋ ਕਿਹੜੀ ਸਰਕਾਰ ਤੁਹਾਡੇ ਮਸਲੇ ਹੱਲ ਕਰ ਸਕਦੀ ਹੈ। ਮੈਂ ਇੱਥੇ ਝੂਟੇ ਲਾਰੇ ਲਾਣ ਨਹੀਂ ਆਇਆ ਸਾਹਿਬ, ਮੈਂ ਲੋਕਾਂ ਨੂੰ ਇੰਨਾ ਹੀ ਆਗਾਹ ਕਰਨ ਆਇਆ ਵੀ ਤੁਸੀਂ ਅੰਦਰ ਬੈਠ ਕੇ ਸੋਚ ਕੇ ਦੇਖੋ, ਸਰਕਾਰ ਨਾਲ ਮੁੱਦੇ ਹੱਲ ਹੋਣੇ ਹੈ ਜਾਂ ਮਜ਼ਬੂਤ ਅਪੋਜੀਸ਼ਨ ਹੋਵੇ। ਮਜ਼ਬੂਤ ਅਪੋਜੀਸ਼ਨ ਕਿੱਥੇ ਸਾਹਿਬ? ਕਿੱਥੇ ਹੈ ਮਜ਼ਬੂਤ ਅਪੋਜੀਸ਼ਨ? ਭਗਵੰਤ ਮਾਨ ਜੀ ਕਹਿੰਦੇ 30 ਚੁਣ ਕੇ ਜਾਂਦੇ ਰਹਿਣਗੇ, ਸੀਟਾਂ ਲੜੀ ਜਾਂਦੇ, ਪਤਾ ਨੀ 21 ਹੈ 22, ਮੇਰੇ ਖਿਆਲ ਤਾਂ 20 ਹੈ ਸ਼ਾਇਦ 20 ਹੈ, ਤੇ ਕਹਿੰਦਾ 30 ਸਾਡੇ ਚੁਣ ਕੇ ਜਾਣਗੇ। ਪਹਿਲਾਂ ਵਾਲੇ ਦਸਤਾ ਸੰਭਾਲੇ ਨੀ ਜਾਂਦੇ, ਪਹਿਲਾਂ ਵਾਲੇ ਦਸਤਾ ਜੇ ਗਿਣਤੀ ਜੇ ਨੀ ਆਏ, ਜਿਹੜੇ ਰਾਜ ਸਭਾ ਚ ਭੇਜੇ ਸੀਗੇ, ਕਿੰਨੇ 7 ਭੇਜੇ ਸੀ ਇੱਥੋਂ, 2-3 ਉੱਥੋਂ ਲਈ ਬੈਠੇ ਸੀ, ਦਿੱਲੀ ਵਾਲੇ ਸਾਰੇ ਛੂ ਮੰਤਰ ਹੋ ਗਏ। ਕਿਉਂ? ਕਿਉਂਕਿ ਇਹਨਾਂ ਨੇ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਸਾਹਿਬ, ਉਹ ਜਿਹੜਾ ਦਾਰੂ ਵੇਚ ਕੇ ਇਹ ਜੋ ਅੱਜ ਆਪਣੇ ਆਪ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਫੋਟੋ ਲਾ ਕੇ ਉਹਨਾਂ ਨੂੰ ਬਦਨਾਮ ਕਰਨ ਦਾ ਪ੍ਰਯਾਸ ਹੈ, ਸਿੱਧਾ ਸਿੱਧਾ ਲੋਕਾਂ ਨੂੰ ਰੋਕਣਾ ਚਾਹੀਦਾ ਹੈ, ਰੋਕਣਾ ਚਾਹੀਦਾ ਹੈ। ਤੁਸੀਂ ਕਿਹੜੇ ਕਿਹੜੀ ਬਹਾਦਰੀ ਦੇ ਮੱਲ ਮਾਰ ਕੇ ਤੁਸੀਂ ਤਿਹਾੜ ਜੇਲ੍ਹ ਚ ਗਏ ਹੋ ਸਾਹਿਬ, ਦਾਰੂ ਵੇਚਣ ਵਾਲੇ ਮਸਲੇ ਚ ਫੜੇ ਗਏ ਹੋ, ਤੇ ਅੱਜ ਆਪਣੇ ਆਪ ਨੂੰ ਦੇਸ਼ ਭਗਤ ਦੱਸੀ ਜਾਂਦੇ ਹੋ? ਗੁਮਰਾਹ ਨਾ ਕਰੋ ਲੋਕਾਂ ਨੂੰ, ਤੇ ਲੋਕਾਂ ਨੂੰ ਮੈਂ ਆਹੀ ਕਹਿਣ ਆਇਆ ਸਾਥੀਓ, ਬੜਾ ਸੋਚ ਸਮਝ ਕੇ ਆਪਣਾ ਚੰਗਾ ਮਾੜਾ ਦੇਖ ਕੇ, ਕਿਉਂਕਿ 13 ਵੋਟ ਪਾਤਾ ਸਾਹਿਬ, ਅੱਜ ਤਾਈਂ ਕਾਨੂੰਨ ਚ ਆ ਹੈ ਨੀ ਵੀ ਮੋੜ ਲਓ ਵਾਪਿਸ ਵੀ ਅੱਜ ਗਲਤੀ ਕਰ ਗਏ। ਪੰਜਾਬ ਦੇ ਲੋਕਾਂ ਨੇ 2 ਸਾਲ ਪਹਿਲਾਂ ਗਲਤੀ ਕੀਤੀ, ਆਮ ਆਦਮੀ ਪਾਰਟੀ ਨੂੰ 93 ਜਿਤਾ ਕੇ, ਲੋਕ ਕਹਿ ਦਿੰਦੇ ਵੀ ਇਹਨਾਂ ਨੂੰ ਡਿਸਮਿਸ ਕਰ ਦੇਣਗੇ, ਆ ਜਿਹੜਾ ਗਵਰਨਰ ਰੂਲ ਬਿਲਕੁਲ ਨਹੀਂ ਲੱਗਦਾ ਸਾਹਿਬ, 3 ਸਾਲ ਭੁਗਤਣੇ ਪੈਣਗੇ ਜੇ ਹੋਰ ਇਹਨਾਂ ਨੂੰ, ਤੇ ਧੂਏ ਘੜਾ ਦੇਣਗੇ ਪੰਜਾਬ ਦੇ ਲੋਕਾਂ ਦੇ ਨਾਸਾਂ ਦੇ ਵਿੱਚ ਦੀ ਆ ਲੋਕ ਰਹਿ ਗਏ। ਪਰ ਕਾਨੂੰਨ ਵਿਵਸਥਾ ਦੇ ਉੱਤੇ ਨਿਗਾਹ ਰੱਖਣਾ ਕੰਮ ਜਿਹੜਾ ਸੈਂਟਰ ਦਾ ਵੀ ਹੈ, ਇਹਨਾਂ ਦਾ ਸਟੇਟ ਦਾ ਅਖਤਿਆਰ ਹੈਗਾ ਹੀ ਹੈਗਾ, ਪਰ ਜਦੋਂ ਪਾਣੀ ਨਾਸਾਂ ਦੇ ਉੱਤੇ ਤੁਰ ਗਿਆ ਨਾ, ਫਿਰ ਐਵੇਂ ਨਹੀਂ ਸਾਹਿਬ, ਫਿਰ ਪੰਜਾਬ ਦੇ, ਕਿਉਂਕਿ ਸਰਹੱਦੀ ਸਾਡਾ ਸੂਬਾ ਹੈ, ਇਹਦੇ ਤੇ ਨਿਗਾਹ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਇੱਥੇ ਦਾ ਭਵਿੱਖ, ਹਿੰਦੁਸਤਾਨ ਦੇ ਭਵਿੱਖ, ਪੰਜਾਬ ਮਜ਼ਬੂਤ ਹੋਊਗਾ ਤਾਂ ਹਿੰਦੁਸਤਾਨ ਦੀ ਮਜ਼ਬੂਤੀ ਚ 4 ਚੰਦ ਲੱਗਣਗੇ। ਇਹਦੇ ਕਰਕੇ ਬਿਲਕੁਲ ਸਾਫ਼ ਕਰ ਰਹੇ ਹੈ, ਮੈਂ ਕਦੋਂ ਕਹਿੰਦਾ ਵੀ ਨਹੀਂ ਕਰ ਰਹੇ, ਕਰਨਾ ਚਾਹੀਦਾ ਆਪਣੇ ਉਹਨਾਂ ਦੇ ਮੁੱਦੇ ਕਰਨ, ਸ਼ਾਂਤੀ ਪੂਰਵਕ ਕਰਨ ਸਾਹਿਬ, ਕਿਉਂਕਿ ਮਸਲਾ ਗੱਲਬਾਤ ਨਾਲ ਹੀ ਸੁਲਝੂਗਾ।
ਆ ਜਿਹੜੇ ਮਸਲੇ ਹੈ ਐਵੇਂ ਸੜਕਾਂ ਦੇ ਚੌਂਕਾਂ ਦੇ ਖੜੇ ਹੋ ਕੇ ਨਹੀਂ ਸੁਲਝੇ ਜਾਣੇ ਸਾਹਿਬ। ਇਸ ਗੱਲ ਤੇ ਮੈਂ ਕੱਲ ਹੱਡ ਇੱਕ ਪ੍ਰੈਸ ਕਾਨਫਰੰਸ ਕਰੂੰਗਾ ਸਾਡੇ ਸਾਰੇ ਇਸ ਮੁੱਦੇ ਤੇ, ਸਾਡਾ ਜਿਹੜਾ ਖਿਆਲ ਹੈ ਉਹ ਅਸੀਂ ਰੱਖਾਂਗੇ ਉਹਨਾਂ ਨੂੰ। ਇਹ ਮੇਰੀ ਤਾਂ ਇੰਨੀ ਬੇਨਤੀ ਹੈ, ਆਪਣੀ ਗੱਲ ਰੱਖੋ। ਦਿੱਲੀ ਤਾਂ ਤੁਹਾਡੇ ਇੱਥੇ, ਦਿੱਲੀ ਤੁਹਾਡੇ ਇੱਥੇ ਆ ਗਈ, ਗੱਲ ਤਾਂ ਜਾ ਕੇ ਉੱਥੇ ਮੰਤਰੀ ਨਾਲ ਹੀ ਕਰਨੀ ਸੀ। ਮੰਤਰੀ ਸਾਹਿਬ ਤਾਂ ਇੱਥੇ ਆਏ ਬੈਠੇ ਸੀਗੇ। ਵਕੀਲ ਤੁਸੀਂ ਮਾੜਾ ਕਰ ਲਿਆ ਸਾਹਿਬ, ਇਹ ਜੇ ਵਕੀਲ ਨੂੰ ਤੁਸੀਂ ਟਿੰਬਕਟੂ ਲੈ ਜਾਓ, ਜੇ ਇਹਨਾਂ ਨੇ ਤਾਂ ਬੇੜਾ ਡਬੋਣਾ ਹੀ ਡਬੋਣਾ ਹੈ ਸਾਹਿਬ। ਜੇ ਵਕੀਲ ਹੈ ਜਿਹੜਾ ਨਾ ਜੀ, ਉਹ ਲੈ ਕੇ ਬੈਠਦਾ ਮੁਦਈ ਨੂੰ, ਮੁਦਈ ਦਾ ਦਰਦ ਸਮਝਦੀ ਹੈ ਸਾਰੇ, ਸਰਕਾਰ ਸਮਝਦੀ ਹੈ, ਦੁਨੀਆ ਸਮਝਦੀ ਹੈ, ਪਰ ਵਕੀਲ ਪਤਾ ਨੀ ਕੀ ਕੀ ਖੇਡਾਂ ਖੇਡ ਰਹੇ ਸਨ। ਸਾਹਿਬ ਇੱਕ ਲੱਗੀ ਦਿਖਾ ਦਿਓ ਮੈਨੂੰ, ਮੈਂ ਹੁਣੇ ਕਹਿ ਕੇ ਹਟਿਆ ਵੀ ਇਹਦੇ ਨਾਲ ਤੋਂ ਸਾਡੇ ਵਾਲਾ ਜਿਹੜਾ 6 ਮਹੀਨੇ ਰਹਿ ਕੇ ਗਿਆ ਸੀ ਮੁੱਖ ਮੰਤਰੀ, ਉਹ ਕਹਿੰਦਾ ਸੀ ਪੈਚ ਵਰਕ ਕਰਾ ਤੇ, ਇਹਨਾਂ ਪਤਿੰਦਰਾਂ ਤੋਂ ਪੈਚ ਵੀ ਨੀ ਲੱਗਿਆ, ਇਹਨਾਂ ਨੇ ਪਹਿਲੇ ਵਾਲੇ ਚੰਗੇ ਕੁਆ ਤੇ। ਦੇਖੋ ਭਗਵੰਤ ਮਾਨ ਜੀ ਕਿਸ ਵਾਸਤੇ ਬਣੇ ਹੈ ਨਹੀਂ ਬਣੇ ਮੈਂ ਕਹਿਣਾ ਨਹੀਂ ਚਾਹੁੰਦਾ, ਕਿਉਂਕਿ ਜਿਸ ਕਾ ਕਾਮ ਉਸੀ ਕੋ ਸਾਜੇ, ਔਰ ਕਰੇ ਤੋ ਡੈਂਗਾ ਬਾਜੇ। ਉਹਨਾਂ ਦਾ ਜਿਹੜਾ ਕੰਮ ਸੀਗਾ ਉਹ ਕਦੇ ਛੱਲਾ ਗਾ ਦਿੰਦੇ, ਛੱਲਾ ਗਾ ਕੇ ਪੰਜਾਬ ਨੂੰ ਛੱਲਾ ਬਣਾ ਰਹੇ ਸਨ। ਇਹ ਕੋਈ ਕੰਮ ਹੈ ਮੁੱਖ ਮੰਤਰੀ ਦੇ ਕਰਨ ਵਾਲੇ? ਆਹ ਕੋਈ ਕੰਮ ਹੈ ਕਰਨ ਵਾਲੇ? ਕੰਮ ਜਿਹੜੇ ਕੰਮ ਹੈ ਕਿਸਾਨਾਂ ਨਾਲ ਬੈਠ ਕੇ ਗੱਲ ਕਰਨ, ਬਾਪ ਦਾ ਪੰਜਾਬ ਸੰਭਾਲਣ, ਕਿਸਾਨ ਮੈਂ ਕਹਿੰਦਾ ਕਿਸਾਨ ਕਦੋਂ ਦੇ ਬੈਠੇ ਸੜਕਾਂ ਤੇ, ਉਹ ਤੇ ਰਹਿਣ ਨਾ ਰਹਿਣ। ਸੀਐਮ ਆਪਣੇ ਪ੍ਰਚਾਰ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਆਪਣੇ 2 ਸਾਲ ਦੇ ਕੰਮਕਾਜ ਦੀ ਰਿਪੋਰਟ ਮੰਗ ਰਹੇ ਹਾਂ, ਭਾਵੇਂ ਕਿ 10 ਸਾਲ ਹੋ ਗਏ ਜੇ ਅਗਰ ਨਰਿੰਦਰ ਮੋਦੀ ਨੂੰ ਨਫ਼ਰਤ ਦੀ ਰਾਜਨੀਤੀ ਕਰਕੇ ਵੋਟ ਮੰਗਣੀ ਪਵੇ। 6 ਲੱਖ ਭਾਸ਼ਾ ਦੇ ਸ਼ਬਦ ਨੇ ਜਿਹਦੇ ਕਿਸੇ ਕੋਲ 12 ਆਉਂਦੇ ਨੇ, ਜਾਂ ਮੰਗਲ ਸੂਤਰ ਕਹਿੰਦੇ ਨੇ, ਜਾਂ ਉਹ ਕਬਰਸਤਾਨ ਕਹਿੰਦੇ, ਜਾਂ ਸ਼ਮਸ਼ਾਨ ਕਹਿੰਦੇ ਨੇ, ਇਸ ਤਰ੍ਹਾਂ ਦਾ ਪ੍ਰਯੋਗ ਕਿਵੇਂ ਦੇਖਦੇ ਸਾਹਿਬ? ਕੋਈ ਕਿਸੇ ਦੇ ਅੰਦਰ ਨਫ਼ਰਤ ਨਹੀਂ ਸਾਹਿਬ, ਤੇ ਆ ਗੁਰੂਆਂ ਦੀ ਧਰਤੀ ਹੈ, ਪੂਜ ਪੈਗੰਬਰਾਂ ਦੀ ਧਰਤੀ ਹੈ ਪੰਜਾਬ। ਪੰਜਾਬ ਦੇ ਅੰਦਰ ਨਫ਼ਰਤ ਬੀਜਣ ਵਾਲੇ ਕੰਮ ਕੀਤੇ ਸੀ, ਕਿਸੇ ਤੋਂ ਅੱਖੋਂ ਪਰੋਖੇ